ਕੁਦਰਤ ਬਹੁਤ ਵਿਸ਼ਾਲ ਹੈ, ਇੰਨੀ ਜ਼ਿਆਦਾ ਵਿਸ਼ਾਲ ਅਤੇ ਡੂੰਘੀ ਕਿ ਇਸ ਦਾ ਭੇਦ ਕੋਈ ਨਹੀਂ ਪਾ ਸਕਦਾ। ਵਾਹਿਗੁਰੂ ਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਦਾ। ਜਿੰਨੀ ਕੁਦਰਤ ਆਪਾਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ, ਬਸ ਉਹੀ ਕੁਦਰਤ ਨੂੰ ਜਾਣਦੇ ਹਾਂ। ਮਗਰ ਇਸ ਦੇ ਪਿੱਛੇ ਛੁਪੇ ਭੇਦਾਂ ਨੂੰ ਕੋਈ ਨਹੀਂ ਪਾ ਸਕਿਆ ਅਤੇ ਨਾ ਹੀ ਕੋਈ ਪਾ ਸਕਦਾ ਹੈ। ਇਸ ਨੂੰ ਜਾਣਨ ਦੇ ਲਈ ਹਰ ਇੱਕ ਦੀ ਇੱਛਾ ਹੈ। ਵਿਗਿਆਨ ਲਗਾਤਾਰ ਨਵੀਆਂ ਨਵੀਆਂ ਖੋਜਾਂ ਕਰਦਾ ਰਹਿੰਦਾ ਹੈ, ਬਸ ਇਸੀ ਕੁਦਰਤ ਦਾ ਭੇਦ ਜਾਣਨ ਦੇ ਲਈ। ਕਈ ਵਾਰ ਆਪਾਂ ਸੰਤਾਂ ਮਹਾਂਪੁਰਖਾਂ ਦੀਆਂ ਸਾਖੀਆਂ ਸਾਂਝੀਆਂ ਕਰਦੇ ਹਾਂ ਅਤੇ ਲੋਕ ਕਹਿੰਦੇ ਹਨ ਕਿ ਦੁਨੀਆ ਤਾਂ ਚੰਦ 'ਤੇ ਪਹੁੰਚ ਗਈ ਹੈ ਅਤੇ ਤੁਸੀਂ ਹਾਲੇ ਇਹਨਾਂ ਸੰਤਾਂ ਦੇ ਪਿੱਛੇ ਪਏ ਹੋ। ਤਾਂ ਉਹਨਾਂ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖ ਤਾਂ ਹੁਣ ਚੰਦ 'ਤੇ ਪਹੁੰਚਿਆ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਬਹੁਤ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਲੱਖ ਆਗਾਸਾਂ ਆਗਾਸ, ਲੱਖ ਪਾਤਾਲਾਂ ਪਾਤਾਲ। ਇੱਥੇ ਲੱਖਾਂ ਹੀ ਬ੍ਰਹਿਮੰਡ ਹਨ, ਲੱਖਾਂ ਹੀ ਆਕਾਸ਼ ਅਤੇ ਪਾਤਾਲ ਹੈ, ਪਰ ਇਸ ਦਾ ਭੇਦ ਕੋਈ ਨਹੀਂ ਪਾ ਸਕਿਆ। ਇਹ ਸਭ ਪ੍ਰਭੂ ਦੀ ਕੁਦਰਤ ਹੈ। ਇਸ ਕੁਦਰਤ ਨੂੰ ਸਿਰਫ ਉਸ ਦਾ ਨਾਮ ਲੈਣ ਵਾਲਾ ਹੀ ਸਮਝ ਸਕਿਆ ਹੈ, ਜੋ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿ ਕੇ ਉਸ ਪ੍ਰਭੂ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ, ਉਹੀ ਉਸ ਦੀ ਕੁਦਰਤ ਨੂੰ ਜਾਣ ਸਕਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਅਤੇ ਨਾਮ ਬਾਣੀ ਦੇ ਨਾਲ ਜੋੜਦਿਆਂ ਉਹਨਾਂ ਅਨੇਕਾਂ ਹੀ ਸਥਾਨਾਂ 'ਤੇ ਗਏ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਅਨੇਕਾਂ ਹੀ ਕੌਤਕ ਵਰਤੇ, ਜਿਨ੍ਹਾਂ ਕੌਤਕਾਂ ਤੋਂ ਅੱਜ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਿੱਖਿਆ ਲੈਂਦੀ ਹੈ। ਸਿੱਖ ਉਹੀ ਹੈ ਜੋ ਹਰ ਦਿਨ ਕੁਝ ਨਾ ਕੁਝ ਚੰਗਾ ਸਿੱਖਦਾ ਹੈ ਅਤੇ ਚੰਗਾ ਕਰਦਾ ਹੈ। ਸੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਐਸੀ ਦੁਰਲੱਭ ਕੌਤਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਕੁਦਰਤ ਦੇ ਅਪਾਰ ਹੋਣ ਦਾ ਪ੍ਰਮਾਣ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਧਰਮ ਪ੍ਰਚਾਰ ਕਰਦੇ ਹੋਏ ਇੱਕ ਪਿੰਡ ਵਿੱਚ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਇੱਕ ਆਦਮੀ ਮਿਲਿਆ ਜੋ ਗੁਰੂ ਨਾਨਕ ਸਾਹਿਬ ਦਾ ਹੀ ਪ੍ਰੇਮੀ ਸੀ। ਉਸਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਗੁਰੂ ਜੀ, ਤੁਸੀਂ ਕਹਿੰਦੇ ਹੋ ਕਿ ਕੁਦਰਤ ਬਹੁਤ ਵਿਸ਼ਾਲ ਹੈ, ਇਸ ਦਾ ਕੋਈ ਭੇਦ ਨਹੀਂ ਪਾ ਸਕਿਆ, ਪਰ ਕੁਦਰਤ ਤਾਂ ਆਪਾਂ ਸਾਰੇ ਦੇਖਦੇ ਹਾਂ, ਕੁਦਰਤ ਦੇ ਵਿੱਚ ਕੀ ਭੇਦ ਹੋਇਆ? ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਕੁਦਰਤ ਦਾ ਇੱਕ ਕਿਨਕਾ ਮਾਤਰ ਵੀ ਆਪਾਂ ਭੇਦ ਨਹੀਂ ਪਾ ਸਕਦੇ, ਨਾਮ ਵਿੱਚ ਜੁੜ ਕੇ ਹੀ ਇਸ ਦਾ ਭੇਦ ਪਾਇਆ ਜਾ ਸਕਦਾ ਹੈ। ਪਰ ਉਹ ਪ੍ਰੇਮੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ, ਕੁਦਰਤ ਦਾ ਕਿਨਕਾ ਕੀ ਹੁੰਦਾ ਹੈ, ਮੈਂ ਵੀ ਦੇਖਣਾ ਚਾਹੁੰਦਾ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਠੀਕ ਹੈ, ਤੁਹਾਨੂੰ ਇਸ ਕੁਦਰਤ ਦਾ ਇੱਕ ਅੰਸ਼ ਦਿਖਾ ਦਿੰਦੇ ਹਾਂ, ਜਿਸ ਦਾ ਭੇਦ ਕੋਈ ਨਹੀਂ ਪਾ ਸਕਿਆ। ਸੋ ਗੁਰੂ ਨਾਨਕ ਦੇਵ ਜੀ ਨੇ ਉਸ ਪ੍ਰੇਮੀ ਨੂੰ ਨਦੀ ਦੇ ਵਿੱਚ ਜਾ ਕੇ ਨਹਾਉਣ ਦੇ ਲਈ ਕਿਹਾ। ਅਗਲੇ ਦਿਨ ਉਹ ਪ੍ਰੇਮੀ ਸਵੇਰੇ ਗੁਰੂ ਨਾਨਕ ਸਾਹਿਬ ਦੇ ਕਹਿ ਮੁਤਾਬਕ ਨਦੀ ਦੇ ਵਿੱਚ ਨਹਾਉਣ ਚਲਿਆ ਗਿਆ। ਜਦੋਂ ਉਹ ਬੰਦਾ ਪਾਣੀ ਦੇ ਵਿੱਚ ਉਤਰਿਆ ਹੀ ਸੀ ਤਾਂ ਇੱਕ ਅਚਰਜ ਕੌਤਕ ਵਰਤਿਆ। ਉਸ ਆਦਮੀ ਦਾ ਸਰੀਰ ਹੌਲੀ ਹੌਲੀ ਛੋਟਾ ਹੋਣ ਲੱਗਿਆ ਅਤੇ ਛੋਟਾ ਹੁੰਦਾ ਹੁੰਦਾ ਇੱਕ ਬੱਚੇ ਦੇ ਵਿੱਚ ਤਬਦੀਲ ਹੋ ਗਿਆ ਅਤੇ ਉਹ ਬੱਚਾ ਨਦੀ ਦੇ ਵਿੱਚ ਰੁੜ ਕੇ ਨਦੀ ਦੇ ਦੂਸਰੇ ਕਿਨਾਰੇ ਪਹੁੰਚ ਗਿਆ। ਉੱਥੇ ਦੂਜੇ ਕਿਨਾਰੇ 'ਤੇ ਇੱਕ ਧੋਬੀ ਧੋਬਣ ਕੱਪੜੇ ਧੋ ਰਹੇ ਸੀ। ਉਹਨਾਂ ਨੂੰ ਉਹ ਬੱਚਾ ਮਿਲਦਾ ਹੈ। ਧੋਬੀ ਧੋਬਣ ਦੇ ਸ਼ੁਰੂ ਤੋਂ ਹੀ ਕੋਈ ਔਲਾਦ ਨਹੀਂ ਸੀ, ਜਿਸ ਕਰਕੇ ਉਹ ਦੋਨੋਂ ਉਹ ਬੱਚਾ ਲੈ ਕੇ ਆਪਣੇ ਘਰ ਚਲੇ ਜਾਂਦੇ ਹਨ। ਧੋਬੀ ਧੋਬਣ ਉਸ ਬੱਚੇ ਨੂੰ ਪਾਲਦੇ ਹਨ ਅਤੇ ਜਦੋਂ ਉਹ ਵੱਡਾ ਹੋ ਜਾਂਦਾ ਹੈ ਤਾਂ ਉਹ ਉਸਦਾ ਵਿਆਹ ਕਰ ਦਿੰਦੇ ਹਨ। ਵਿਆਹ ਤੋਂ ਬਾਅਦ ਉਸਦੇ ਬੱਚੇ ਹੋ ਜਾਂਦੇ ਹਨ ਅਤੇ ਉਹ ਪਰਿਵਾਰ ਦੇ ਵਿੱਚ ਰਹਿਣ ਲੱਗ ਪੈਂਦਾ ਹੈ। ਜਦੋਂ ਉਹ ਬੰਦਾ 50 ਸਾਲ ਦਾ ਹੋ ਜਾਂਦਾ ਹੈ ਤਾਂ ਉਸਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਕਿਉਂ ਨਾ ਨਦੀ ਦੇ ਦੂਸਰੇ ਪਾਸੇ ਜਾ ਕੇ ਦੇਖਿਆ ਜਾਵੇ ਕਿ ਉਸਦਾ ਪਰਿਵਾਰ ਉੱਧਰ ਵੀ ਰਹਿੰਦਾ ਹੈ ਅਤੇ ਉਸਦਾ ਪਰਿਵਾਰ ਕਿਵੇਂ ਹੈ, ਉਸਦੇ ਨਾਲ ਕੀ ਹੋਇਆ ਹੋਵੇਗਾ, ਪਤਾ ਨਹੀਂ ਉਸ ਤੋਂ ਬਾਅਦ ਉਸਦਾ ਪਰਿਵਾਰ ਬਚਿਆ ਵੀ ਹੋਵੇਗਾ ਜਾਂ ਨਹੀਂ। ਸੋ ਬੰਦਾ ਨਦੀ ਦੇ ਦੂਸਰੇ ਕਿਨਾਰੇ ਪਹੁੰਚ ਜਾਂਦਾ ਹੈ। ਜਦੋਂ ਉਹ ਕਿਨਾਰੇ 'ਤੇ ਪਹੁੰਚਦਾ ਹੈ ਤਾਂ ਉਹ ਦੇਖ ਕੇ ਬਹੁਤ ਹੈਰਾਨ ਹੋ ਜਾਂਦਾ ਹੈ ਕਿ ਦੂਜਾ ਕਿਨਾਰਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਉਹ 50 ਸਾਲ ਪਹਿਲਾਂ ਛੱਡ ਕੇ ਗਿਆ ਸੀ। ਉਸਦੇ ਕੱਪੜੇ ਵੀ ਉਸੇ ਤਰ੍ਹਾਂ ਉੱਥੇ ਕਿਨਾਰੇ 'ਤੇ ਪਏ ਹੁੰਦੇ ਹਨ ਅਤੇ ਜਦੋਂ ਉਹ ਪਿੰਡ ਜਾਂਦਾ ਹੈ ਤਾਂ ਪਿੰਡ ਵੀ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ। ਉਸ ਪਿੰਡ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਆਇਆ ਹੁੰਦਾ, ਲੋਕ ਵੀ ਪਹਿਲਾਂ ਵਰਗੇ ਹੀ ਸੀ, ਕੋਈ ਵੀ ਬੁੱਢਾ ਨਹੀਂ ਹੋਇਆ ਹੁੰਦਾ। ਜਦੋਂ ਉਹ ਆਪਣੇ ਘਰ ਪਹੁੰਚਦਾ ਹੈ ਤਾਂ ਵਿਹੜੇ ਦੇ ਵਿੱਚ ਮੰਜੇ ਦੇ ਉੱਤੇ ਬੈਠ ਜਾਂਦਾ ਹੈ। ਉਸਦੀ ਪਤਨੀ ਰਸੋਈ ਦੇ ਵਿੱਚੋਂ ਬਾਹਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਨਦੀ 'ਤੇ ਨਹਾਉਣ ਗਏ ਸੀ, ਅੱਜ ਬਹੁਤ ਜਲਦੀ ਆ ਗਏ। ਤਾਂ ਉਹ ਬੰਦਾ ਇਹ ਸੁਣ ਕੇ ਬਹੁਤ ਹੈਰਾਨ ਹੋ ਜਾਂਦਾ ਹੈ ਕਿ ਉਸਦੀ ਪਤਨੀ ਇਹ ਕੀ ਕਹਿ ਰਹੀ ਹੈ, ਕਿਉਂਕਿ ਉਹ ਤਾਂ 50 ਸਾਲ ਬਾਅਦ ਆਇਆ ਸੀ ਅਤੇ ਉਸਦੀ ਪਤਨੀ ਕਹਿ ਰਹੀ ਹੈ ਕਿ ਤੁਸੀਂ ਅੱਜ ਜਲਦੀ ਆ ਗਏ। ਉਸ ਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ। ਸੋ 2-3 ਦਿਨਾਂ ਬਾਅਦ ਉਸਦੀ ਪਤਨੀ ਉਸ ਨੂੰ ਬਾਜ਼ਾਰ ਜਾ ਕੇ ਸਮਾਨ ਲੈ ਕੇ ਆਉਣ ਨੂੰ ਕਹਿੰਦੀ ਹੈ। ਉਹ ਬੰਦਾ ਸਮਾਨ ਲੈਣ ਦੇ ਲਈ ਬਾਜ਼ਾਰ ਪਹੁੰਚਦਾ ਹੈ ਤਾਂ ਉਹ ਬਾਜ਼ਾਰ ਦੀਆਂ ਦੁਕਾਨਾਂ ਅਤੇ ਦੁਕਾਨਦਾਰ ਵੀ ਪਹਿਲਾਂ ਵਰਗੇ ਹੀ ਸੀ ਅਤੇ ਨਾ ਹੀ ਕਿਸੇ ਨੇ ਉਸ ਨੂੰ ਅਜਿਹੀ ਗੱਲ ਕੀਤੀ ਕਿ ਤੂੰ 50 ਸਾਲ ਬਾਅਦ ਕਿੱਥੋਂ ਆਇਆ ਸੀ। ਸੋ ਉਹ ਸਮਾਨ ਲੈਣ ਲੱਗ ਪੈਂਦਾ ਹੈ। ਉਸ ਦਿਨ ਉਸੀ ਬਾਜ਼ਾਰ ਦੇ ਵਿੱਚ ਉਸਦੀ ਦੂਸਰੀ ਪਤਨੀ ਜੋ ਨਦੀ ਦੇ ਦੂਸਰੇ ਕਿਨਾਰੇ 'ਤੇ ਰਹਿੰਦੀ ਸੀ ਉਹ ਸਮਾਨ ਲੈਣ ਬਾਜ਼ਾਰ ਦੇ ਵਿੱਚ ਆ ਪਹੁੰਚਦੀ ਹੈ ਅਤੇ ਉਹ ਦੋਨੋਂ ਆਹਮੋ ਸਾਹਮਣੇ ਹੋ ਜਾਂਦੇ ਹਨ। ਉਸਦੀ ਦੂਸਰੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ, ਜੇਕਰ ਤੁਸੀਂ ਹੀ ਸਮਾਨ ਲੈ ਕੇ ਆਉਣਾ ਸੀ ਤਾਂ ਮੈਨੂੰ ਦੱਸ ਦਿੰਦੇ, ਮੈਂ ਬਾਜ਼ਾਰ ਨਾ ਆਉਂਦੀ।
ਇਹ ਸੁਣੋ ਆਦਮੀ ਬਹੁਤ ਹੈਰਾਨ ਹੁੰਦਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਸੋ ਜਦੋਂ ਗੱਲਾਂ ਬਾਤਾਂ ਦੇ ਵਿੱਚ ਬਹੁਤ ਦੇਰ ਹੋ ਜਾਂਦੀ ਹੈ ਤਾਂ ਉਸਦੀ ਪਹਿਲੀ ਪਤਨੀ ਉਸ ਨੂੰ ਦੇਖਣ ਦੇ ਲਈ ਬਾਜ਼ਾਰ ਵਿੱਚ ਪਹੁੰਚ ਜਾਂਦੀ ਹੈ ਅਤੇ ਜਦੋਂ ਉਹ ਆਪਣੇ ਪਤੀ ਨੂੰ ਕਿਸੇ ਦੂਸਰੀ ਔਰਤ ਦੇ ਨਾਲ ਗੱਲਾਂ ਕਰਦੀ ਦੇਖਦੀ ਹੈ ਤਾਂ ਉਹ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਉਹਨਾਂ ਦੋਨਾਂ ਨੂੰ ਜਾ ਕੇ ਬੋਲਣ ਲੱਗ ਪੈਂਦੀ ਹੈ। ਉਹ ਕਹਿੰਦੀ ਹੈ ਕਿ ਤੂੰ ਮੇਰੇ ਪਤੀ ਦੇ ਨਾਲ ਕਿਉਂ ਗੱਲਾਂ ਕਰ ਰਹੀ ਹੈ? ਤਾਂ ਉਸਦੀ ਦੂਸਰੀ ਪਤਨੀ ਕਹਿੰਦੀ ਹੈ ਕਿ ਇਹ ਤਾਂ ਮੇਰਾ ਪਤੀ ਹੈ, 2 ਦਿਨ ਪਹਿਲਾਂ ਇਹ ਬਿਨਾਂ ਦੱਸੇ ਘਰੋਂ ਆ ਗਿਆ ਸੀ, 50 ਸਾਲਾਂ ਤੋਂ ਇਹ ਮੇਰੇ ਨਾਲ ਰਹਿ ਰਿਹਾ ਹੈ। ਉਹਨਾਂ ਦੇ ਵਿੱਚ ਬਹਿਸ ਹੋਣ ਲੱਗ ਪੈਂਦੀ ਹੈ। ਪਹਿਲੀ ਪਤਨੀ ਕਹਿੰਦੀ ਹੈ ਕਿ ਉਸਨੇ ਤਾਂ ਆਪਣੇ ਪਤੀ ਨੂੰ ਕਦੀ ਵੀ ਇਕੱਲਾ ਨਹੀਂ ਛੱਡਿਆ ਤਾਂ ਉਹ ਉਸਦੇ ਨਾਲ 50 ਸਾਲ ਕਿਵੇਂ ਰਹਿ ਸਕਦਾ ਹੈ? ਗੱਲ ਵੱਧਦੀ ਝਗੜੇ ਤੱਕ ਪਹੁੰਚ ਜਾਂਦੀ ਹੈ ਅਤੇ ਲੋਕ ਇਕੱਠੇ ਹੋ ਜਾਂਦੇ ਹਨ। ਸੋ ਇਹ ਗੱਲ ਰਾਜੇ ਦੇ ਦਰਬਾਰ ਤੱਕ ਪਹੁੰਚ ਜਾਂਦੀ ਹੈ। ਰਾਜੇ ਨੇ ਦੋਨੇ ਤਰ੍ਹਾਂ ਦੀ ਗੱਲ ਸੁਣੀ, ਦੋਨਾਂ ਪਤਨੀਆਂ ਦੀਆਂ ਦਲੀਲਾਂ ਸੱਚੀਆਂ ਲੱਗਦੀਆਂ ਸੀ। ਰਾਜੇ ਨੂੰ ਵੀ ਇਸ ਮੁਕੱਦਮੇ ਬਾਰੇ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ। ਉਸਨੇ ਇਹ ਮੁਕੱਦਮੇ ਦਾ ਫੈਸਲਾ ਕੁਝ ਦਿਨਾਂ ਦੇ ਲਈ ਟਾਲ ਦਿੱਤਾ। ਸੋ ਰਾਜੇ ਦੇ ਅੱਗੇ ਇਹ ਪਹਿਲੀ ਵਾਰ ਇਸ ਤਰ੍ਹਾਂ ਦਾ ਮੁਕੱਦਮਾ ਆਇਆ ਸੀ। ਇੱਕ ਸਰੀਰ ਤੇ ਦਾਅਵੇਦਾਰ 2 ਸੀ। ਰਾਜੇ ਨੇ ਆਪਣੀ ਰਾਣੀ ਦੇ ਨਾਲ ਗੱਲ ਕੀਤੀ। ਰਾਣੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਪ੍ਰੇਮੀ ਸੀ। ਉਸਨੇ ਰਾਜੇ ਨੂੰ ਕਿਹਾ ਕਿ ਕਿਉਂ ਨਾ ਆਪਾਂ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰੀਏ, ਉਹੀ ਇਸ ਮੁਸ਼ਕਿਲ ਦਾ ਹੱਲ ਕਰਨਗੇ। ਸੋ ਉਹਨਾਂ ਦੋਨਾਂ ਨੇ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਸਾਡੇ ਰਾਜ ਦੇ ਵਿੱਚ ਆਓ ਅਤੇ ਸੰਗਤਾਂ ਨੂੰ ਇਸ ਮੁਸ਼ਕਿਲ ਦੇ ਵਿੱਚੋਂ ਕੱਢੋ। ਕੁਝ ਦਿਨਾਂ ਬਾਅਦ ਹੀ ਗੁਰੂ ਨਾਨਕ ਸਾਹਿਬ ਰਾਜੇ ਦੇ ਰਾਜ ਵਿੱਚ ਆਉਂਦੇ ਹਨ ਅਤੇ ਜਦੋਂ ਰਾਜੇ ਨੂੰ ਪਤਾ ਲੱਗਦਾ ਹੈ ਤਾਂ ਰਾਜਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਆਓ ਭਗਤ ਕਰਦਾ ਹੈ। ਅਗਲੇ ਦਿਨ ਦਰਬਾਰ ਲੱਗਦਾ ਹੈ। ਗੁਰੂ ਨਾਨਕ ਸਾਹਿਬ ਦੇ ਅੱਗੇ ਸਾਰੀ ਗੱਲ ਦੱਸੀ ਜਾਂਦੀ ਹੈ ਅਤੇ ਰਾਜਾ ਕਹਿੰਦਾ ਹੈ ਕਿ ਗੁਰੂ ਜੀ ਤੁਸੀਂ ਹੀ ਇਸ ਦਾ ਫੈਸਲਾ ਦਿਓ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਆਦਮੀ ਨੂੰ ਸਾਡੇ ਸਾਹਮਣੇ ਪੇਸ਼ ਕਰੋ। ਜਦੋਂ ਉਹ ਆਦਮੀ ਨੂੰ ਬੁਲਾਇਆ ਜਾਂਦਾ ਹੈ ਤਾਂ ਗੁਰੂ ਜੀ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਗੁਰੂ ਜੀ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਕਿਉਂ ਪ੍ਰੇਮੀਆਂ ਕੁਦਰਤ ਦੇ ਕਿਨਕੇ ਦਾ ਵੀ ਭੇਦ ਪਾ ਸਕਿਆ ਜਾਂ ਨਹੀਂ। ਉਹ ਬੰਦਾ ਕਹਿੰਦਾ ਹੈ ਕਿ ਗੁਰੂ ਜੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਕਿ ਮੈਂ ਨਦੀ ਦੇ ਵਿੱਚ ਨਹਾਉਣ ਗਿਆ ਸੀ ਤਾਂ ਮੈਂ ਕਿਵੇਂ ਬੱਚਾ ਬਣ ਗਿਆ, ਫਿਰ ਮੈਨੂੰ ਧੋਬੀ ਧੋਬਣ ਨੇ ਪਾਲ ਕੇ ਵੱਡਾ ਕੀਤਾ ਅਤੇ ਮੇਰਾ ਵਿਆਹ ਕਰ ਦਿੱਤਾ, ਮੇਰੇ ਬੱਚੇ ਵੀ ਹੋ ਗਏ, ਹੁਣ ਮੇਰੇ ਦੋਨੇ ਪਾਸੇ ਪਰਿਵਾਰ ਹੈ, ਮੈਂ ਕੀ ਕਰਾਂ, ਇਹ ਸਭ ਕਿਵੇਂ ਹੋ ਰਿਹਾ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹੀ ਕੁਦਰਤ ਹੈ ਜਿਸ ਦਾ ਭੇਦ ਕਿਸੇ ਨੂੰ ਨਹੀਂ ਪਤਾ। ਗੁਰੂ ਜੀ ਨੇ ਉਹਨਾਂ ਦੀਆਂ ਪਤਨੀਆਂ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੀਆਂ ਹੋ, ਤਾਂ ਉਹਨਾਂ ਦੀਆਂ ਪਤਨੀਆਂ ਨੇ ਕਿਹਾ ਕਿ ਬਸ ਆਪਾਂ ਇਹੀ ਚਾਹੁੰਦੀਆਂ ਹਾਂ ਕਿ ਸਾਡਾ ਪਤੀ ਸਾਡੇ ਨਾਲ ਸਾਡੇ ਪਰਿਵਾਰ ਦੇ ਵਿੱਚ ਰਹੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਠੀਕ ਹੈ, ਫਿਰ ਇਸ ਤਰ੍ਹਾਂ ਕਰੋ ਕਿ ਦੋਨੋਂ ਪਤਨੀਆਂ ਆਪਣੇ ਪਤੀ ਨੂੰ ਬਾਹਾਂ ਤੋਂ ਫੜ ਲਵੋ ਅਤੇ ਆਪਣੇ ਵੱਲ ਖਿੱਚੋ। ਜੋ ਜ਼ੋਰ ਦੇ ਨਾਲ ਆਪਣੇ ਪਤੀ ਨੂੰ ਲੈ ਗਈ ਉਹ ਉਸਦੇ ਕੋਲ ਹੀ ਰਹੇਗਾ। ਸਾਰੇ ਲੋਕ, ਰਾਜਾ ਅਤੇ ਮੰਤਰੀ ਗੁਰੂ ਸਾਹਿਬ ਦੇ ਇਸ ਫੈਸਲੇ ਤੋਂ ਬਹੁਤ ਹੀ ਹੈਰਾਨ ਹੋਏ। ਦੋਨੋਂ ਪਤਨੀਆਂ ਆਪਣੇ ਪਤੀ ਨੂੰ ਬਾਹਾਂ ਤੋਂ ਫੜ ਕੇ ਆਪਣੇ ਵੱਲ ਖਿੱਚਣ ਲੱਗੀਆਂ। ਉੱਥੇ ਇੱਕ ਅਜਿਹੀ ਕਲਾ ਵਰਤੀ ਕਿ ਸਭ ਦੇਖ ਕੇ ਹੈਰਾਨ ਹੋ ਗਏ। ਜਦੋਂ ਉਹ ਦੋਨੋਂ ਪਤਨੀਆਂ ਆਪਣੇ ਪਤੀ ਨੂੰ ਆਪਣੇ ਵੱਲ ਖਿੱਚ ਰਹੀਆਂ ਸੀ ਤਾਂ ਉਸ ਆਦਮੀ ਦੇ ਸਰੀਰ ਦੇ ਵਿੱਚੋਂ ਇੱਕ ਹੋਰ ਸਰੀਰ ਨਿਕਲਿਆ ਜੋ ਹੂਬ ਹੂ ਉਸਦੇ ਵਰਗਾ ਹੀ ਸੀ। ਇੱਕ ਸਰੀਰ ਤੋਂ 2 ਸਰੀਰ ਬਣ ਗਏ। ਇਹ ਦੇਖ ਕੇ ਸਭ ਹੈਰਾਨ ਹੋ ਜਾਂਦੇ ਹਨ ਅਤੇ ਹੱਕੇ ਬੱਕੇ ਹੋ ਜਾਂਦੇ ਹਨ। ਕੁਦਰਤ ਦੀ ਇਸ ਖੇਡ ਦਾ ਜਵਾਬ ਕਿਸੇ ਕੋਲ ਨਹੀਂ ਰਹਿੰਦਾ।